ਆ ਦੇਖੋ ਚੋਰ ਦੇ ਘਟੀਆ ਕਾਰਨਾਮੇ। ਜੀ ਹਾਂ, ਦੱਸ ਦਈਏ ਕਿ ਇੱਕ ਕੌਫੀ ਸ਼ੋਪ ਦੇ ਵਿੱਚ ਵੜ ਕੇ ਪਹਿਲਾਂ ਤਾਂ ਉਸਨੇ ਕਾਊਂਟਰ ਦੀ ਤਲਾਸ਼ੀ ਲਈ, ਜਦੋਂ ਉਸ ਨੂੰ ਉਸ ਦੇ ਵਿੱਚੋਂ ਕੁਝ ਵੀ ਨਾ ਮਿਲਿਆ ਤਾਂ ਕੋਲ ਹੀ ਪਏ ਕੰਪਿਊਟਰ ਨੂੰ ਹੀ ਚੁੱਕ ਕੇ ਉਹ ਫਰਾਰ ਹੋ ਗਿਆ। ਜੀ ਹਾਂ, ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ। ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੌਫੀ ਸ਼ੋਪ ਦੇ ਵਿੱਚ ਚੋਰ ਦੇ ਵੱਲੋਂ ਇਸ ਘਟੀਆ ਕਰਤੂਤ ਨੂੰ ਅੰਜਾਮ ਦਿੱਤਾ ਗਿਆ। ਜੀ ਹਾਂ, ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਿਨਾਂ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਦਿਨ ਦਿਹਾੜੇ ਉਹਨਾਂ ਦੇ ਵੱਲੋਂ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਦੱਸ ਦਈਏ ਕਿ ਜਦੋਂ ਇਹ ਕੌਫੀ ਸ਼ੋਪ ਦੱਸਿਆ ਜਾ ਰਿਹਾ ਕਿ ਬੰਦ ਕੀਤਾ ਹੋਇਆ ਸੀ, ਤਾਂ ਜੋ ਬੰਦ ਰਸਤਾ ਉਸਦੇ ਵਿੱਚੋਂ ਤੀ ਚੋਰ ਘੁਸਦਾ ਅਤੇ ਘੁਸਣ ਤੋਂ ਬਾਅਦ ਉੱਥੋਂ ਤੀ ਉਸਦੇ ਕੋਲੋਂ ਜਦੋਂ ਕਾਊਂਟਰ ਦੇ ਵਿੱਚ ਉਸਨੂੰ ਕੁਝ ਨਹੀਂ ਮਿਲਦਾ ਤਾਂ ਉਹ ਕੋਲ ਹੀ ਜੋ ਕੰਪਿਊਟਰ ਪਿਆ ਹੁੰਦਾ ਉਸਨੂੰ ਹੀ ਇਕੱਠਾ ਕਰਕੇ ਆਪਣੇ ਨਾਲ ਲੈ ਜਾਂਦਾ ਅਤੇ ਜਾਂਦਾ ਜਾਂਦਾ ਟੋਸਟਰ ਵਾਲੀ ਮਸ਼ੀਨ ਵੀ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਦੱਸ ਦਈਏ ਕਿ ਇਹ ਸਭ ਦੇਖ ਕੇ ਜੋ ਕੌਫੀ ਸ਼ੋਪ ਦਾ ਮਾਲਕ ਸੀ ਉਸਦੇ ਵੀ ਹੋਸ਼ ਉੱਡ ਗਏ ਕਿ ਆਖਰ ਕਿੰਨਾ ਇਹ ਸ਼ਾਤਰ ਚੋਰ ਰਿਹਾ ਹੋਵੇਗਾ ਜਿਸਨੇ ਕਿ ਮਿੰਟੋ ਮਿੰਟੀ ਹੀ ਸਾਰਾ ਇਹ ਪੀਸੀ ਉੱਥੋਂ ਸਾਫ਼ ਕਰ ਦਿੱਤਾ। ਆ ਦੇਖੋ ਚੋਰ ਦੇ ਘਟੀਆ ਕਾਰਨਾਮੇ। ਜੀ ਹਾਂ, ਦੱਸ ਦਈਏ ਕਿ ਇੱਕ ਕੌਫੀ ਸ਼ੋਪ ਦੇ ਵਿੱਚ ਵੜ ਕੇ ਪਹਿਲਾਂ ਤਾਂ ਉਸਨੇ ਕਾਊਂਟਰ ਦੀ ਤਲਾਸ਼ੀ ਲਈ, ਜਦੋਂ ਉਸ ਨੂੰ ਉਸਦੇ ਵਿੱਚੋਂ ਕੁਝ ਵੀ ਨਾ ਮਿਲਿਆ ਤਾਂ ਕੋਲ ਹੀ ਪਏ ਕੰਪਿਊਟਰ ਨੂੰ ਹੀ ਚੁੱਕ ਕੇ ਉਹ ਫਰਾਰ ਹੋ ਗਿਆ। ਜੀ ਹਾਂ, ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ। ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੌਫੀ ਸ਼ੋਪ ਦੇ ਵਿੱਚ ਚੋਰ ਦੇ ਵੱਲੋਂ ਇਸ ਘਟੀਆ ਕਰਤੂਤ ਨੂੰ ਅੰਜਾਮ ਦਿੱਤਾ ਗਿਆ। ਜੀ ਹਾਂ, ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਿਨਾਂ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਦਿਨ ਦਿਹਾੜੇ ਉਹਨਾਂ ਦੇ ਵੱਲੋਂ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਦੱਸ ਦਈਏ ਕਿ ਜਦੋਂ ਇਹ ਕੌਫੀ ਸ਼ੋਪ ਦੱਸਿਆ ਜਾ ਰਿਹਾ ਕਿ ਬੰਦ ਕੀਤਾ ਹੋਇਆ ਸੀ, ਤਾਂ ਜੋ ਬੰਦ ਰਸਤਾ ਉਸਦੇ ਵਿੱਚੋਂ ਤੀ ਚੋਰ ਘੁਸਦਾ ਅਤੇ ਘੁਸਣ ਤੋਂ ਬਾਅਦ ਉੱਥੋਂ ਤੀ ਉਸਦੇ ਕੋਲੋਂ ਜਦੋਂ ਕਾਊਂਟਰ ਦੇ ਵਿੱਚ ਉਸਨੂੰ ਕੁਝ ਨਹੀਂ ਮਿਲਦਾ ਤਾਂ ਉਹ ਕੋਲ ਹੀ ਜੋ ਕੰਪਿਊਟਰ ਪਿਆ ਹੁੰਦਾ ਉਸਨੂੰ ਹੀ ਇਕੱਠਾ ਕਰਕੇ ਆਪਣੇ ਨਾਲ ਲੈ ਜਾਂਦਾ ਅਤੇ ਜਾਂਦਾ ਜਾਂਦਾ ਟੋਸਟਰ ਵਾਲੀ ਮਸ਼ੀਨ ਵੀ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਦੱਸ ਦਈਏ ਕਿ ਇਹ ਸਭ ਦੇਖ ਕੇ ਜੋ ਕੌਫੀ ਸ਼ੋਪ ਦਾ ਮਾਲਕ ਸੀ ਉਸਦੇ ਵੀ ਹੋਸ਼ ਉੱਡ ਗਏ ਕਿ ਆਖਰ ਕਿੰਨਾ ਇਹ ਸ਼ਾਤਰ ਚੋਰ ਰਿਹਾ ਹੋਵੇਗਾ ਜਿਸਨੇ ਕਿ ਮਿੰਟੋ ਮਿੰਟੀ ਹੀ ਸਾਰਾ ਇਹ ਪੀਸੀ ਉੱਥੋਂ ਸਾਫ਼ ਕਰ ਦਿੱਤਾ। ਆ ਦੇਖੋ ਚੋਰ ਦੇ ਘਟੀਆ ਕਾਰਨਾਮੇ। ਜੀ ਹਾਂ, ਦੱਸ ਦਈਏ ਕਿ ਇੱਕ ਕੌਫੀ ਸ਼ੋਪ ਦੇ ਵਿੱਚ ਵੜ ਕੇ ਪਹਿਲਾਂ ਤਾਂ ਉਸਨੇ ਕਾਊਂਟਰ ਦੀ ਤਲਾਸ਼ੀ ਲਈ, ਜਦੋਂ ਉਸਨੂੰ ਉਸਦੇ ਵਿੱਚੋਂ ਕੁਝ ਵੀ ਨਾ ਮਿਲਿਆ ਤਾਂ ਕੋਲ ਹੀ ਪਏ ਕੰਪਿਊਟਰ ਨੂੰ ਹੀ ਚੁੱਕ ਕੇ ਉਹ ਫਰਾਰ ਹੋ ਗਿਆ। ਜੀ ਹਾਂ, ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ। ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੌਫੀ ਸ਼ੋਪ ਦੇ ਵਿੱਚ ਚੋਰ ਦੇ ਵੱਲੋਂ ਇਸ ਘਟੀਆ ਕਰਤੂਤ ਨੂੰ ਅੰਜਾਮ ਦਿੱਤਾ ਗਿਆ। ਜੀ ਹਾਂ, ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਿਨਾਂ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਦਿਨ ਦਿਹਾੜੇ ਉਹਨਾਂ ਦੇ ਵੱਲੋਂ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਦੱਸ ਦਈਏ ਕਿ ਜਦੋਂ ਇਹ ਕੌਫੀ ਸ਼ੋਪ ਦੱਸਿਆ ਜਾ ਰਿਹਾ ਕਿ ਬੰਦ ਕੀਤਾ ਹੋਇਆ ਸੀ, ਤਾਂ ਜੋ ਬੰਦ ਰਸਤਾ ਉਸਦੇ ਵਿੱਚੋਂ ਤੀ ਚੋਰ ਘੁਸਦਾ ਅਤੇ ਘੁਸਣ ਤੋਂ ਬਾਅਦ ਉੱਥੋਂ ਤੀ ਉਸਦੇ ਕੋਲੋਂ ਜਦੋਂ ਕਾਊਂਟਰ ਦੇ ਵਿੱਚ ਉਸਨੂੰ ਕੁਝ ਨਹੀਂ ਮਿਲਦਾ ਤਾਂ ਉਹ ਕੋਲ ਹੀ ਜੋ ਕੰਪਿਊਟਰ ਪਿਆ ਹੁੰਦਾ ਉਸਨੂੰ ਹੀ ਇਕੱਠਾ ਕਰਕੇ ਆਪਣੇ ਨਾਲ ਲੈ ਜਾਂਦਾ ਅਤੇ ਜਾਂਦਾ ਜਾਂਦਾ ਟੋਸਟਰ ਵਾਲੀ ਮਸ਼ੀਨ ਵੀ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਦੱਸ ਦਈਏ ਕਿ ਇਹ ਸਭ ਦੇਖ ਕੇ ਜੋ ਕੌਫੀ ਸ਼ੋਪ ਦਾ ਮਾਲਕ ਸੀ ਉਸਦੇ ਵੀ ਹੋਸ਼ ਉੱਡ ਗਏ ਕਿ ਆਖਰ ਕਿੰਨਾ ਇਹ ਸ਼ਾਤਰ ਚੋਰ ਰਿਹਾ ਹੋਵੇਗਾ ਜਿਸਨੇ ਕਿ ਮਿੰਟੋ ਮਿੰਟੀ ਹੀ ਸਾਰਾ ਇਹ ਪੀਸੀ ਉੱਥੋਂ ਸਾਫ਼ ਕਰ ਦਿੱਤਾ।